ਲੋਕਤੰਤਰ ਦਾ ਘਾਣ ਹੋ ਗਿਆ ਜੀ। ਤੇ ਜਦੋਂ ਤੁਸੀਂ ਉਹੀ ਉਧਰੋਂ ਵੱਧ ਅਤਿਆਚਾਰ ਤਾਂ ਪੰਜਾਬ ਚ ਕਰ ਰਹੇ ਹੋ ਤੁਸੀਂ, ਅੱਜ ਲੋਕਤੰਤਰ ਦਾ ਕਤਲ ਭਗਵੰਤ ਨਹੀਂ ਹੋਇਆ, ਅੱਜ ਲੋਕਤੰਤਰ ਦਾ ਘਾਣ ਕੇਜਰੀਵਾਲ ਜੀ ਨਹੀਂ ਹੋ ਰਿਹਾ ਪੰਜਾਬ ਦੇ ਵਿੱਚ, ਤੁਸੀਂ ਲੋਕਾਂ ਨੂੰ ਪੁਲਿਸ ਦੇ ਥਰੂ ਟੈਰਰਾਈਜ਼ ਕਰ ਰਹੇ ਹੋ, ਉਹਨਾਂ ਨੂੰ ਧਮਕਾ ਰਹੇ ਹੋ ਕਿ ਖਬਰਦਾਰ ਜਿਸ ਭਗਵੰਤ ਦੀ ਕੋਠੀ ਦੇ ਮੂਹਰੇ ਆਏ। ਔਰ ਇਹੀ ਭਗਵੰਤ ਤੇ ਕੇਜਰੀਵਾਲ ਸੀ, ਇੱਥੇ ਧਰਨਿਆਂ ਲਾਉਣ ਦੀ ਲੋੜ ਹੀ ਪਿਆ ਨਹੀਂ ਕਰਨੀ ਜੀ। ਧਰਨੇ ਲੱਗਦੇ ਜੀ ਬਾਦਲ ਪਿੰਡ ਵਿੱਚ, ਧਰਨੇ ਲੱਗਦੇ ਪਟਿਆਲੇ, ਮੇਰੇ ਖਿਆਲ ਪਿਛਲੇ 2 ਸਾਲਾਂ ਦੇ ਵਿੱਚ ਜਿੰਨੇ ਧਰਨੇ ਭਗਵੰਤ ਦੀ ਕੋਠੀ ਦੇ ਮੂਹਰੇ ਲੱਗੇ, ਮਗਰਲੀਆਂ 5-4 ਸਰਕਾਰਾਂ ਦੇ ਨਹੀਂ ਲੱਗੇ ਹੋਣੇ। ਪਰ ਜੋ ਅੱਜ ਤੁਸੀਂ ਕਰ ਰਹੇ ਹੋ ਇਹ ਸਰਾਸਰ ਅਨਿਆਏ, ਇਹ ਸਰਾਸਰ ਗੈਰ ਸੰਵਿਧਾਨਿਕ, ਇਹ ਸਰਾਸਰ ਸਾਡੇ ਮਨੁੱਖੀ ਅਧਿਕਾਰਾਂ ਦਾ ਘਾਣ ਕਰ ਰਹੇ ਹੋ, ਘਾਣ। ਤੁਸੀਂ ਜਨਤਾ ਨੂੰ ਇਹ ਸੁਣਿਆ ਦੇਣਾ ਚਾਹੁੰਦੇ ਕਿ ਆਹ ਸਾਰੇ ਪੰਜਾਬ 'ਤੇ ਮੇਰੀ ਉਂਗਲ ਐਂ ਕਰਕੇ, ਖਬਰਦਾਰ ਜੇ ਇੱਥੋਂ ਕੋਈ ਸਾਡੇ ਖਿਲਾਫ਼ ਬੋਲਿਆ ਤਾਂ ਖਹਿਰਾ ਬੋਲਿਆ ਚੱਕ ਅੰਦਰ, ਖਹਿਰਾ ਨਿਕਲਣ ਵਾਲਾ ਚੱਕ ਅੰਦਰ ਦੁਬਾਰਾ। ਭਾਨਾ, ਲੱਖਾ, ਕਾਂਗਰਸ ਪਤਾ ਨਹੀਂ ਕਿੰਨੇ ਲੀਡਰਸ ਨੂੰ, ਆਈ ਯੂ ਆਊਟ ਆਫ ਯੋਰ ਮਾਇੰਡ? ਕੀ ਤੁਹਾਨੂੰ ਐਂ ਲੱਗਦਾ ਕਿ ਤੁਸੀਂ ਪੰਜਾਬ ਦੇ ਵਿੱਚ ਹੁਣ ਪੁਲਿਸ ਦੇ ਸਾਰੇ ਰਾਜ ਕਰਨਾ, ਪੰਜਾਬ ਮੁੜ ਕੇ ਚੋਣਾਂ 'ਚ ਜਾਣਾ ਨੀਗਾ, ਪਿੰਡਾਂ 'ਚ ਜਾਣਾ ਨੀਗਾ? ਮੈਨੂੰ ਤਾਂ ਇਹਨਾਂ ਦੀ ਸਮਝ ਆਉਂਦੀ। ਔਰ ਦੂਜੀ ਗੱਲ, ਦੋਗਲੀ ਨੀਤੀ, ਕੱਲ ਦਿੱਲੀ ਰੋ ਕੇ ਹਟੇ ਨੇ, ਕੇਜਰੀਵਾਲ ਨੂੰ ਉੱਥੇ ਬੁਲਾਇਆ ਸੀ ਨਾ, ਸਮਨਿੰਗ ਕੀਤੀ ਸੀ ED ਨੇ ਆਪਣੀ ਹਿਫਾਜ਼ਤ ਕਰਨ ਲਈ, ਜਿਹੜੀ ਮੇਅਰ ਦੀ ਇਲੈਕਸ਼ਨ ਵਿੱਚ ਧਾਂਦਲੀ ਹੋਈ ਆ ਉਹਦਾ ਧਰਨਾ ਦਿੱਲੀ 'ਚ ਰੱਖਤਾ, ਰੱਖਣਾ ਤਾਂ ਚੰਡੀਗੜ੍ਹ ਚਾਹੀਦਾ ਸੀ, ਚਲੋ ਰੱਖਤਾ ਦਿੱਲੀ ਦੇ ਵਿੱਚ। ਅਤੇ ਉੱਥੇ ਉਹਨਾਂ ਨੇ BJP ਵਾਲਿਆਂ ਨੇ ਉਹਨਾਂ ਨੂੰ ਫੜਾ ਫੜਾਈ ਕੀਤੀ, ਰੋਕਿਆ, ਫਿਰ ਕਹਿੰਦੇ ਇੱਥੇ ਲੋਕਤੰਤਰ ਦਾ ਕਤਲ ਹੋ ਗਿਆ ਜੀ, ਲੋਕਤੰਤਰ ਦਾ ਘਾਣ ਹੋ ਗਿਆ ਜੀ। ਅਤੇ ਜਦੋਂ ਤੁਸੀਂ ਉਹੀ ਉਧਰੋਂ ਵੱਧ ਅਤਿਆਚਾਰ ਤਾਂ ਪੰਜਾਬ 'ਚ ਕਰ ਰਹੇ ਹੋ ਤੁਸੀਂ, ਅੱਜ ਲੋਕਤੰਤਰ ਦਾ ਕਤਲ ਭਗਵੰਤ ਨਹੀਂ ਹੋਇਆ, ਅੱਜ ਲੋਕਤੰਤਰ ਦਾ ਘਾਣ ਕੇਜਰੀਵਾਲ ਜੀ ਨਹੀਂ ਹੋ ਰਿਹਾ ਪੰਜਾਬ ਦੇ ਵਿੱਚ, ਤੁਸੀਂ ਲੋਕਾਂ ਨੂੰ ਪੁਲਿਸ ਦੇ ਥਰੂ ਟੈਰਰਾਈਜ਼ ਕਰ ਰਹੇ ਹੋ, ਉਹਨਾਂ ਨੂੰ ਧਮਕਾ ਰਹੇ ਹੋ ਕਿ ਖਬਰਦਾਰ ਜਿਸ ਭਗਵੰਤ ਦੀ ਕੋਠੀ ਦੇ ਮੂਹਰੇ ਆਏ। ਔਰ ਇਹੀ ਭਗਵੰਤ ਤੇ ਕੇਜਰੀਵਾਲ ਸੀ, ਇੱਥੇ ਧਰਨਿਆਂ ਲਾਉਣ ਦੀ ਲੋੜ ਹੀ ਪਿਆ ਨਹੀਂ ਕਰਨੀ ਜੀ। ਧਰਨੇ ਲੱਗਦੇ ਜੀ ਬਾਦਲ ਪਿੰਡ ਵਿੱਚ, ਧਰਨੇ ਲੱਗਦੇ ਪਟਿਆਲੇ, ਮੇਰੇ ਖਿਆਲ ਪਿਛਲੇ 2 ਸਾਲਾਂ ਦੇ ਵਿੱਚ ਜਿੰਨੇ ਧਰਨੇ ਭਗਵੰਤ ਦੀ ਕੋਠੀ ਦੇ ਮੂਹਰੇ ਲੱਗੇ, ਮਗਰਲੀਆਂ 5-4 ਸਰਕਾਰਾਂ ਦੇ ਨਹੀਂ ਲੱਗੇ ਹੋਣੇ, ਚਲੋ ਉਹ ਵੀ ਉਸ ਨੂੰ ਵੀ ਛੱਡ ਦਿਓ। ਪਰ ਜੋ ਅੱਜ ਤੁਸੀਂ ਕਰ ਰਹੇ ਹੋ ਇਹ ਸਰਾਸਰ ਅਨਿਆਏ, ਇਹ ਸਰਾਸਰ ਗੈਰ ਸੰਵਿਧਾਨਿਕ, ਇਹ ਸਰਾਸਰ ਸਾਡੇ ਮਨੁੱਖੀ ਅਧਿਕਾਰਾਂ ਦਾ ਘਾਣ ਕਰ ਰਹੇ ਹੋ, ਘਾਣ। ਤੁਸੀਂ ਜਨਤਾ ਨੂੰ ਇਹ ਸੁਣਿਆ ਦੇਣਾ ਚਾਹੁੰਦੇ ਕਿ ਆਹ ਸਾਰੇ ਪੰਜਾਬ 'ਤੇ ਮੇਰੀ ਉਂਗਲ ਐਂ ਕਰਕੇ, ਖਬਰਦਾਰ ਜੇ ਇੱਥੋਂ ਕੋਈ ਸਾਡੇ ਖਿਲਾਫ਼ ਬੋਲਿਆ ਤਾਂ ਖਹਿਰਾ ਬੋਲਿਆ ਚੱਕ ਅੰਦਰ, ਖਹਿਰਾ ਨਿਕਲਣ ਵਾਲਾ ਚੱਕ ਅੰਦਰ ਦੁਬਾਰਾ। ਭਾਨਾ, ਲੱਖਾ, ਕਾਂਗਰਸ ਪਤਾ ਨਹੀਂ ਕਿੰਨੇ ਲੀਡਰਸ ਨੂੰ। ਮੈਂ ਦੋਸਤੋ ਕਹਿਣਾ ਚਾਹੁੰਦਾ, ਮੈਨੂੰ ਦੱਸੋ ਤੁਸੀਂ ਕਿ ਜਿਹੜੇ ਸਿਆਸੀ ਬਦਲਾਖੋਰੀ ਦੇ ਪਰਚੇ ਦਰਜ ਕੀਤੇ ਰਾਜ ਤੱਕ, ਕਦੀ ਕਿਸੇ ਅੰਜਾਮ ਤਾਂ ਪਹੁੰਚਿਆ ਕੋਈ? ਕੈਪਟਨ ਨੇ ਬਾਦਲ ਦੇ ਖਿਲਾਫ਼ ਕੀਤੇ, ਬਾਦਲ ਨੇ ਕੈਪਟਨ ਦੇ ਖਿਲਾਫ਼ ਕੀਤੇ, ਕਿੱਥੇ ਉਹ ਪਰਚੇ? ਉਹ ਕਿਉਂ ਐਵੇਂ ਆਪਣਾ ਵਕਤ ਜ਼ਾਇਆ ਕਰੀ ਜਾਣਾ ਭਾਈ ਸਾਹਿਬ? ਕੰਮ ਕਰੋ, ਪੰਜਾਬ ਦੇ ਜਿਹੜੇ ਮੁੱਦੇ ਤੁਹਾਨੂੰ ਹੋਰ ਕਈ ਵਾਰੀ ਆਊਟਲਾਈਨ ਕਰਾਏ ਨੇ ਉਹਦੇ 'ਤੇ ਜਾਓ। ਮੈਂ ਸਖ਼ਤ ਤੋਂ ਸਖ਼ਤ ਸ਼ਬਦਾਂ 'ਚ ਇਸ ਦੀ ਨਿੰਦਿਆ ਕਰਦਾ, ਜਿੰਨੇ ਮੇਰੇ ਕੋਲ ਸ਼ਬਦ ਹੋ ਸਕਦੇ ਉਹ ਗਿਣ ਲਓ ਵਿੱਚ। ਔਰ ਮੈਂ ਪੁਲਿਸ ਨੂੰ ਹੱਥ ਜੋੜ ਕੇ ਨਿਮਰਤਾ ਨਾਲ ਬੇਨਤੀ ਕਰਦਾ ਕਿ ਇਹਨਾਂ ਦੇ ਹੱਥ ਠੋਕੇ ਮਤ ਬਣੋ, ਤੁਸੀਂ ਸੰਵਿਧਾਨ ਦੇ ਰਖਵਾਲੇ ਹੋ, ਤੁਹਾਡਾ ਕੰਮ ਹੈਗਾ ਟੂ ਅਪਹੋਲਡ ਦਾ ਰੂਲ ਆਫ ਲਾਅ, ਤੁਹਾਡਾ ਕੰਮ ਹੈਗਾ ਟੂ ਅਪਹੋਲਡ ਦਾ ਰੂਲ ਆਫ ਕੌਂਸਟੀਟਿਊਸ਼ਨ। ਜਿਹੜੇ IPS ਆਫਿਸਰਸ ਨੇ, PCS ਆਫਿਸਰਸ ਨੇ, ਤੁਹਾਨੂੰ ਪਬਲਿਕ ਐਕਸਚੈਕਰ ਵਿੱਚੋਂ ਤਨਖਾਹ ਮਿਲਦੀ ਆ, ਕੋਈ ਭਗਵੰਤ ਨਹੀਂ ਦੇ ਰਿਹਾ, ਕੋਈ ਕੇਜਰੀਵਾਲ ਆਪਣੀ ਜੇਬ 'ਚੋਂ ਨਹੀਂ ਦੇ ਰਿਹਾ। ਮਤ ਕਰੋ ਗਲਤ ਕੰਮ, ਮਤ ਕਰੋ ਆਪਣੇ ਲੋਕਾਂ ਦੇ ਅਤਿਆਚਾਰ। ਜਿੱਦਾਂ ਬਹਿਬਲ ਕਲਾਂ 'ਚ 2 ਨੌਜਵਾਨ ਮਰ ਗਏ ਸੀ, ਤੁਹਾਡੇ ਹੱਥੋਂ ਕੁਛ ਅਤਿਆਚਾਰ ਹੋ ਗਿਆ, ਕੋਈ ਗੋਲੀ ਚੱਲ ਗਈ, ਕਿਸੇ ਭਗਵੰਤ ਨੇ ਨਹੀਂ ਤੁਹਾਡੇ ਕੋਲ ਆਉਣਾ, ਕਿਸੇ ਕੇਜਰੀਵਾਲ ਨੇ ਨਹੀਂ ਆਉਣਾ। ਯੂ ਵਿਲ ਹੈਵ ਟੂ ਫੇਸ ਦ ਰੈਥ ਆਫ ਨੇਚਰ, ਉਸ ਅਕਾਲ ਪੁਰਖ ਵਾਹਿਗੁਰੂ ਦੀ ਰੈਥ ਆਫ ਦ ਪੀਪਲ, ਰੈਥ ਆਫ ਦ ਕੋਰਟਸ। ਇਸ ਕਰਕੇ ਮੈਂ ਤਾਂ ਤੁਹਾਨੂੰ ਸਿਰਫ ਕਹਿ ਹੀ ਸਕਦਾ ਵਾਂ,
ਮੇਰੇ ਦਿਲ ਨੂੰ ਬੜੀ ਸੱਟ ਵੱਜਦੀ ਜਦੋਂ ਮੈਂ ਦੇਖਦਾ ਕਿ ਸਾਰਿਆਂ ਨੂੰ ਪੁਲਿਸ ਆਪਣੇ ਹੀ ਲੋਕਾਂ ਨੂੰ ਜਿਹਨਾਂ ਤੋਂ ਵੋਟਾਂ ਲਈਆਂ ਆਪਣੇ ਹੀ ਜ਼ਿਲ੍ਹੇ ਦੇ ਵਿੱਚ ਜਿਹੜਾ ਕਹਿੰਦੇ ਰਾਜਧਾਨੀ ਆ ਉਹ ਮਿੱਤਰਾ ਹੁਣ ਕੀ ਕਹਿੰਦੇ ਹੁੰਦੇ ਆ ਕਿ ਰਾਜਧਾਨੀ ਢੱਠਣ ਵਾਲੀ ਲੱਗਦੀ ਤੁਹਾਨੂੰ ਡਰ ਗਏ ਤੁਸੀਂ ਖੌਫ 'ਚ ਆ ਗਏ ਕਿਉਂਕਿ ਇੱਦਾਂ ਦੇ ਕਦਮ ਉਦੋਂ ਆਦਮੀ ਚੱਕਦਾ ਜਿਹੜਾ ਕਮਜ਼ੋਰ ਕਾਇਰ ਡਰਪੋਕ ਉਹ ਚੱਕਦਾ ਬਸ ਇੰਨਾ ਹੀ ਕਹਿਣਾ ਸੀਗਾ ਔਰ ਮੈਂ ਫਿਰ ਮੈਂ ਨਿਮਰਤਾ ਨਾਲ ਕਹਿ ਸਕਦਾ ਪਿਆਰ ਨਾਲ ਕਹਿ ਸਕਦਾ ਕੁਛ ਸਮਝੋ ਔਰ ਜੋ ਤੁਸੀਂ ਐਲੀਗੇਸ਼ਨ ਬੀਜੇਪੀ ਤੇ ਲਾਉਣੇ ਈਡੀ ਸੀਬੀਆਈ ਦੁਰ ਇਸਤੇਮਾਲ ਕਰ ਤੁਸੀਂ ਪੰਜਾਬ ਪੁਲਿਸ ਘੱਟ ਮਿਸਯੂਜ ਕਰ ਰਹੇ ਹੋ ਔਰ ਜਿਹੜੇ ਆਫਿਸਰ ਮੈਂ ਪਹਿਲਾਂ ਕਿਹਾ ਡੋਂਟ ਬਿਕਮ ਦੇਅਰ ਪਲਾਇਬਲ ਆਫਿਸਰਸ ਪਲੀਜ਼ ਡੋਂਟ ਬਿਕਮ ਦੇਅਰ ਯੂ ਨੋ ਪੇਡ ਮਰਸਨਰੀਜ਼ ਐਕਟ ਲਾਈਕ ਗੁੱਡ ਆਫਿਸਰਸ ਯੂ ਆਰ ਵੇਅਰਿੰਗ ਯੂਨੀਫਾਰਮ ਯੂਨੀਫਾਰਮ ਪਾ ਕੇ ਤਾਂ ਉਹਦੇ ਬੰਦੇ ਨੂੰ ਗੌਰਵ ਹੋਣਾ ਚਾਹੀਦਾ ਮਾਣ ਸਤਿਕਾਰ ਫੀਲ ਕਰਨਾ ਚਾਹੀਦਾ ਉੱਥੇ ਤਾਂ ਐਂ ਲੱਗਦਾ ਕਿ ਆਪਾਂ ਜਿੱਦਾਂ ਇਹਨਾਂ ਦੇ ਗੁਲਾਮ ਬਣ ਕੇ ਕੰਮ ਕਰ ਰਹੇ ਹਾਂ ਹਾਲੇ ਵੀ ਸਮਾਂ ਵਾ ਇਹਨੂੰ ਰੀਰੇਲ ਕਰੋ ਪੰਜਾਬ ਨੂੰ ਅੱਛੇ ਪੋਜ਼ਿਟਿਵ ਏਜੰਡੇ ਤੇ ਲੈ ਕੇ ਜਾਓ ਮੇਰੇ ਨਾਲ ਜੁੜਨ ਵਾਸਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਇਸ ਕਰਕੇ ਨਹੀਂ ਆਇਆ ਅੱਜ ਕਿਉਂਕਿ ਮੇਰੇ ਪਰਿਵਾਰ ਦੇ ਵਿੱਚ ਜਲੰਧਰ ਸਾਡੇ ਬਹੁਤ ਨਜ਼ਦੀਕੀ ਪਰਿਵਾਰਕ ਮੈਂਬਰ ਦਾ ਅੱਜ ਇੱਥੇ ਦੇਹਾਂਤ ਸੀ ਉਹਦਾ ਭੂਖ ਸੀ ਵਿੱਚ ਆਈ ਕੁੱਡ ਨੋਟ ਮਿਸ ਮੈਂ ਕੱਲ੍ਹ ਦੇ ਲਾਈਵ ਵਿੱਚ ਵੀ ਐਕਸਪਲੇਨ ਕਰਤਾ ਸੀਗਾ ਪਰ ਇੰਨੀਆਂ ਕਾਲਾਂ ਆਈਆਂ ਮੈਨੂੰ ਸਾਰੇ ਪੈਨ ਪੰਜਾਬ 'ਚੋਂ ਕਿ ਸਾਡੇ ਨਾਲ ਧੱਕਾ ਹੋ ਗਿਆ ਜੀ ਸਾਡੇ ਨਾਲ ਜ਼ੁਲਮ ਹੋ ਰਿਹਾ ਵਾ ਤੁਸੀਂ ਆਵਾਜ਼ ਚੱਕੋ ਤਾਂ ਮੈਂ ਜਦੋਂ ਭੂਖ ਖਤਮ ਹੋਇਆ ਇੱਥੇ ਮਾਡਲ ਟਾਊਨ ਦੇ ਗੁਰਦੁਆਰਾ ਸਾਹਿਬ ਸੀ ਜਲੰਧਰ ਮੈਂ ਉਹਦੇ ਪਾਕ ਵਿੱਚ ਹੀ ਬੈਠਾ ਉਹਦੇ ਪਿੱਠ ਤੇ ਪੈ ਪਾਕ ਹੈ ਉੱਥੋਂ ਬਹਿ ਕੇ ਤੁਰੰਤ ਮੈਂ ਤੁਹਾਡੇ ਨਾਲ ਗੱਲ ਕਰਨਾ ਮੁਨਾਸਿਬ ਸਮਝਿਆ ਸੋ ਤੁਹਾਡਾ ਮੇਰੇ ਨਾਲ ਜੁੜਨ ਲਈ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਜੀ।